ਦਲ ਖਾਲਸਾ ਵੱਲੋਂ ਇੱਕ 19 ਜਿਹੜੇ ਹਾਈ ਕਮਿਸ਼ਨਰਸ ਨੇ ਉਹਨਾਂ ਨੂੰ ਇੱਕ ਚਿੱਠੀ ਪਾਈ ਗਈ ਸੀ ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੂੰ ਸੰਖੇਪ ਰੂਪ ਦੇ ਵਿੱਚ ਬਰੀਫ ਰੂਪ ਦੇ ਵਿੱਚ ਜੋ ਇੰਡੀਆ ਦੇ ਵਿੱਚ ਪੰਜਾਬ ਅਤੇ ਸਿੱਖ ਪੋਜੀਸ਼ਨ ਹੈ ਉਹਨਾਂ ਬਾਰੇ ਇਤਲਾਹ ਦਿੱਤੀ ਗਈ ਸੀ ਅਤੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇੰਡੀਆ ਹੈਜ਼ ਅ ਲੋਟ ਟੂ ਆਨਸਰ ਅਤੇ ਨਾਲ ਉਹਨਾਂ ਤੋਂ ਇਹ ਮੰਗ ਵੀ ਕੀਤੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਆਓ ਜਾਂ ਕਿਉਂਕਿ ਜਿਸ ਦਿਨ ਅਸੀਂ ਚਿੱਠੀ ਪਾਈ ਸੀ ਉਸ ਦਿਨ ਫੋਰਨ ਮਿਨਿਸਟਰ ਸਾਰੇ ਜਿਹੜੇ ਉਸ ਦੇਸ਼ ਦੇ ਉਹ ਦਿੱਲੀ ਆਏ ਸੀ ਤਾਂ ਸਾਨੂੰ ਮਿਲਣ ਦਾ ਵੀ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਦਾ ਵੀ ਮੌਕਾ ਦਿੱਤਾ ਜਾਵੇ। ਉਹ ਮੌਕਾ ਸਾਨੂੰ ਕੁਛ ਕਾਰਨਾਂ ਕਰਕੇ ਨਹੀਂ ਮਿਲ ਪਾਇਆ ਸੋ ਉਸ ਤੋਂ ਬਾਅਦ ਅਗਲਾ ਸਟੈਪ ਲੈਂਦੇ ਹੋਏ ਅਸੀਂ ਅੱਜ ਦਾ ਇਹ ਗੈਦਰਿੰਗ ਜਿਹੜੀ ਹੈ ਸਮਿਟ ਉਹਨੂੰ ਸੱਦਿਆ। P20 ਨਾਂ ਇਸ ਕਰਕੇ ਦਿੱਤਾ ਕਿ ਅਸੀਂ 20 ਔਰਗਨਾਈਜੇਸ਼ਨਸ ਨੂੰ ਇਨਵਾਈਟ ਕੀਤਾ ਅਤੇ 20 ਸਪੀਕਰਸ ਨੇ ਚੰਡੀਗੜ੍ਹ ਨੂੰ ਕਿਉਂਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦਾ ਹਿੱਸਾ ਹੈ, ਪੰਜਾਬ ਦੀ ਰਾਜਧਾਨੀ ਆ ਅਤੇ ਪੰਜਾਬ ਨੂੰ ਚੰਡੀਗੜ੍ਹ ਨੂੰ ਨਾਲ ਜੋੜੀਏ ਅਤੇ ਇਹ ਡਾਟਾ ਜਿਹੜਾ ਆ ਉਹ ਤਕਰੀਬਨ 10 ਲੱਖ ਦੇ ਲੱਗ ਜਾਂਦਾ ਆ। ਜਿਹੜਾ ਉਹਨਾਂ ਦਾ ਸਰਕਾਰੀ ਅੰਕੜਾ ਉਹਦੇ ਮੁਤਾਬਕ 9,84,000 ਜਿਹੜਾ ਬੰਦਾ ਆ ਪੰਜਾਬ ਅਤੇ ਚੰਡੀਗੜ੍ਹ ਦਾ ਇਹਨਾਂ 5 ਸਾਲਾਂ ਦੇ ਵਿੱਚ ਇੱਥੋਂ ਛੱਡ ਕੇ ਜਾ ਚੁੱਕਿਆ ਆ। ਸੋ ਉਹ ਗਿਆ, ਇਹ ਜਿਹੜੇ ਗਏ ਨੇ ਲੋਕ ਇਹ ਅਸੀਂ ਸਾਰੇ ਸਮਝਦੇ ਹਾਂ ਕਿ ਸਾਡਾ ਬ੍ਰੇਨ ਡਰੇਨ ਹੋਇਆ ਔਰ ਇਕੱਲਾ ਬ੍ਰੇਨ ਡਰੇਨ ਨਹੀਂ ਹੋਇਆ, ਇਹਦੇ ਨਾਲ ਸਾਡੀ ਇਕੋਨਮੀ ਵੀ ਇਫੈਕਟ ਹੋਈ। ਉਹ ਕਿਵੇਂ ਹੁੰਦੀ ਆ, ਈਵਨ ਜਿਹੜਾ G20 ਸਮਿਟ ਇੱਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਵੀ ਆ ਉਹਦੇ ਵਿੱਚ ਵੀ ਜਿਹੜੇ ਬੁਲਾਰੇ ਬੋਲੇ ਨੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜਾ ਕਮਿਊਨਿਟੀ, ਜਿਹੜਾ ਮੁਲਕ ਆਪਣੇ ਸਟੂਡੈਂਟ ਨੂੰ 20-22 ਸਾਲ ਤੱਕ ਪੜ੍ਹਾਉਂਦਾ ਹੈ ਤਾਂ ਉਹ ਆਪਣੀ ਇਕੋਨਮੀ ਉੱਤੇ ਇਨਵੈਸਟ ਕਰਦਾ ਹੈ, ਉਹਦੇ ਚਾਹੇ ਘਰ ਦੇ ਕਰਨ ਚਾਹੇ ਕੋਈ ਹੋਰ ਸੰਸਥਾਵਾਂ ਕਰਨ, ਉਹ ਆਪਣੀ ਇਕੋਨਮੀ ਉੱਤੇ ਇਨਵੈਸਟ ਕਰਦਾ। ਜਦੋਂ ਮੌਕਾ ਆਉਂਦਾ ਹੈ ਕਿ ਉਹਨੇ ਸਮਾਜ ਨੂੰ ਵਾਪਸ ਦੇਣਾ ਹੁੰਦਾ ਹੈ ਕੁਝ, ਉਦੋਂ ਜਹਾਜ਼ ਚੜ੍ਹ ਕੇ ਬਾਹਰ ਚਲਿਆ ਜਾਂਦਾ। ਸੋ ਇਹ ਬੜੀ ਤਕੜੀ ਪ੍ਰੋਬਲਮ ਹੈ, ਇਕੱਲੀ ਪੰਜਾਬ ਵਾਸਤੇ ਨਹੀਂ ਕਿ ਬਾਕੀ ਮੁਲਕਾਂ ਵਾਸਤੇ ਵੀ ਆ। ਸੋ ਜਿਹੜੇ G20 ਮੁਲਕ ਨੇ ਜਿਹੜੇ ਵੀ ਇਸ ਚੀਜ਼ ਨੂੰ ਸਮਝਦੇ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਇਹ ਸਿਰਫ ਆਮ ਘਟਨਾਵਾਂ 'ਚੋਂ ਨਹੀਂ ਹੋ ਰਿਹਾ। ਪੰਜਾਬ ਬੜਾ ਖੁਸ਼ਹਾਲ ਆ, ਬੜਾ ਤਰੱਕੀ ਵਾਲਾ ਸੂਬਾ ਸੀ, ਇੱਥੇ ਜਾਣ ਬੁੱਝ ਕੇ ਇੰਡੀਆ ਦੀਆਂ ਪੋਲਿਸੀਆਂ ਦੇ ਤਹਿਤ ਸਾਨੂੰ ਇੱਥੋਂ ਕੱਢਿਆ ਜਾ ਰਿਹਾ। ਇਹ ਨਹੀਂ ਵੀ ਸਾਡੇ ਇੱਥੇ ਗਰੀਬੀ ਜ਼ਿਆਦਾ ਇਸ ਕਰਕੇ ਲੋਕ ਬਾਹਰ ਭੱਜ ਰਹੇ ਨੇ, ਬਾਕੀ ਇੰਡੀਆ ਨਾਲੋਂ ਅਸੀਂ ਬੜੇ ਚੰਗੇ ਹਾਂ ਆਰਥਿਕ ਪੱਖੋਂ। ਜੇ ਸਾਡਾ ਕੋਈ ਵੀ ਬਾਹਰ ਨਾ ਜਾਵੇ ਤਾਂ ਵੀ ਅਸੀਂ ਇੱਥੇ ਰੋਟੀ ਪਾਣੀ ਖਾ ਸਕਦੇ, ਪਰ ਇੱਥੇ ਆਈਲੈਟਸ ਦੇ ਬੋਰਡ ਲਾ ਕੇ ਸਾਨੂੰ ਇਹ ਜਚਾਇਆ ਜਾ ਰਿਹਾ ਕਿ ਇਹ ਧਰਤੀ ਤੁਹਾਡੇ ਰਹਿਣ ਲਾਇਕ ਜਿਹੜੀ ਉਹ ਨਹੀਂ ਰਹੀ। ਜਿਹੜੇ ਸਾਡੇ ਇੱਥੇ ਦੇ ਮਾਲ ਹੈਗਾ ਉਹ ਜਿਹੜਾ ਇੱਥੋਂ ਪਾਕਿਸਤਾਨ ਜਾ ਸਕਦਾ ਉਹਦੇ ਵਿੱਚ ਸਾਡੇ ਕੰਪਲੀਮੈਂਟਰੀਲੀ ਬਹੁਤ ਹੈ। ਉੱਥੋਂ ਜਿਹੜੇ ਡਰਾਈ ਫਰੂਟ, ਗੁੱਡਸ, ਡੇਟਸ ਵਗੈਰਾ ਆਉਂਦੇ ਹੈ ਘੱਟ ਰੇਟ 'ਤੇ ਸਸਤੇ ਉੱਥੋਂ ਮਿਲ ਸਕਦੇ ਹੈਗੇ ਹੈ। ਜੇ ਤੁਸੀਂ ਉਰੇ ਸਬਜ਼ੀ ਦਾ ਟਰੱਕ, ਨਰਮੇ ਦਾ ਟਰੱਕ ਭੇਜਦੇ ਹੋ ਵਾਪਸੀ ਅਤੇ ਜਿਪਸਮ ਅਤੇ ਸਮੈਂਟ ਘੱਟ ਰੇਟ 'ਤੇ ਆ ਸਕਦਾ। ਅੱਜ ਗਰੀਬ ਆਪਣਾ ਘਰ ਬਣਾ ਨਹੀਂ ਸਕਦਾ। ਸਮਾਂ ਸੀਗਾ ਕਿ 250 ਪਹਿਲਾਂ ਥੈਲਾ ਸਮੈਂਟ ਦਾ ਹੁੰਦਾ ਸੀ, ਕਿਉਂ? ਕਿਉਂਕਿ ਪਾਕਿਸਤਾਨ ਤੋਂ ਸਮੈਂਟ ਉਰੇ ਆਉਂਦਾ ਸੀ, ਗਰੀਬ ਆਪਣੀ ਕੰਸਟਰਕਸ਼ਨ ਕਰਨ ਜੱਗਾ ਹੁੰਦਾ ਸੀਗਾ, ਪਰ ਅੱਜ 400 ਤੋਂ ਥੱਲੇ ਨਹੀਂ ਮਿਲਦਾ ਹੈਗਾ। ਇਹ ਮਹਿੰਗਾਈ ਦਾ ਕਾਰਨ ਸਭ ਤੋਂ ਵੱਡਾ ਕਿ ਆਪਾਂ ਨੇ ਇੰਟਰਨੈਸ਼ਨਲ ਬਾਰਡਰ ਖੋਲ੍ਹੇ ਨਹੀਂ ਹੈਗੇ। ਅੱਜ ਮੇਰੇ ਵੀਰ ਜਿਹੜੀ ਇਮੀਗ੍ਰੇਸ਼ਨ ਕਰਦੇ ਹੈਗੇ ਹੈ ਨੌਰਥ ਅਮੈਰੀਕਾ 'ਚ ਜਾਂਦੇ ਹੈ, ਤੁਸੀਂ ਅਲਾਸਕਾ ਤੋਂ ਆਪਣੀ ਗੱਦੀ ਲੱਦ ਕੇ ਕਨੇਡਾ 'ਚੋਂ ਕੱਢ ਕੇ, ਅਮਰੀਕਾ ਕੱਢ ਕੇ, ਪੂਰਾ ਤੁਸੀਂ ਮੈਕਸੀਕੋ ਦੇ ਬਿਲਕੁਲ ਥੱਲੇ ਜਾ ਕੇ ਸਾਊਥ ਅਮੈਰੀਕਾ 'ਚ ਜਾ ਕੇ ਲਾ ਸਕਦੇ ਹੋ, ਕਿਉਂਕਿ ਉਹਨਾਂ ਨੇ ਨੌਰਥ ਅਮੈਰੀਕਾ ਫਰੀ ਟ੍ਰੇਡ ਐਸੋਸੀਏਸ਼ਨ ਖੋਲ੍ਹਿਆ ਹੋਇਆ।
ਇੱਕ ਪਾਸੇ ਤੋਂ ਦੂਜੇ ਪਾਸੇ ਕੰਟੀਨੈਂਟ 'ਤੇ ਲੈ ਕੇ ਜਾ ਸਕਦੇ ਹੋ, ਪਰ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਅਗਰੀਮੈਂਟ ਅੱਜ ਤੱਕ ਲਾਗੂ ਨਹੀਂ ਹੋ ਰਹੀ। ਪਾਰਲੀਮੈਂਟ ਨੇ ਜਿਹੜੇ ਕਾਰਜ ਕਰਨੇ ਸੀ ਅੱਜ ਇਸ ਸਰਕਾਰ ਛਾਤਰ ਨੇ ਉਹ ਸਾਰੇ ਕਾਰਜ ਜੁਡੀਸ਼ਰੀ ਦੇ ਸਪੁਰਦ ਕਰ ਦਿੱਤੇ ਆ। ਔਰ ਉਹਨਾਂ ਨੂੰ ਪਤਾ ਵੀ ਜਿਹੜੇ ਸੁਪਰੀਮ ਕੋਰਟ ਤੋਂ ਫੈਸਲਾ ਹੋ ਗਿਆ ਉਹ ਤੋਂ ਬਾਅਦ ਫਿਰ ਕੋਈ ਆਵਾਜ਼ ਬੋਲੀ ਵੀ ਜਾਵੇ ਉਹਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਪਰ ਅੱਜ ਦੇਖੋ ਕਿ ਜੇ ਬਾਬਰੀ ਮਸਜਿਦ ਦੀ ਗੱਲ ਕਰੀਏ, ਇੱਕ ਦਿਨ ਪਹਿਲਾਂ ਦੂਏ ਦਿਨ ਨੈਕਸਟ ਡੇ ਜੱਜ ਰਿਟਾਇਰ ਹੋ ਜਾਂਦਾ ਉਹਨਾਂ ਦੇ ਵਿੱਚੋਂ ਇੱਕ, ਇੱਕ ਦਿਨ ਪਹਿਲਾਂ ਫੈਸਲਾ ਕਰਕੇ ਉਹ ਜਿਹੜਾ ਸੁਪਰੀਮ ਕਰਨਾ ਸੀ ਪਾਰਲੀਮੈਂਟ ਨੇ ਜਾਂ ਇੱਥੋਂ ਦੀ ਐਗਜੈਕਟਿਵ ਨੇ ਉਹ ਸੁਪਰੀਮ ਕੋਰਟ ਤੋਂ ਆਰਾ ਚਲਾ ਕੇ ਇੱਕ ਕਮਿਊਨਿਟੀ ਨੂੰ ਬਿਲਕੁਲ ਹੀ ਵੱਖ ਕਰ ਦਿੱਤਾ ਅਤੇ ਬਦਕਿਸਮਤੀ ਉਹਨਾਂ ਵਿੱਚ ਬੋਲਿਆ ਵੀ ਕੋਈ ਨਹੀਂ। ਇਹ ਇਹਨਾਂ ਦੀ ਚਾਤਰ ਇੱਕ ਦਿਮਾਗ ਧਰਮ ਦੇ ਵਿੱਚ ਸਿੱਧੇ ਤੌਰ 'ਤੇ ਦਖਲਅੰਦਾਜ਼ੀ ਆ ਕਿ ਸਿੱਧਾ ਨਾ ਹਮਲਾ ਕਰੋ, ਸੁਪਰੀਮ ਕੋਰਟ ਦੇ ਬਾਇਆ ਵਿੱਚ ਹੀ ਲਿਆ ਲਿਆ ਕੇ ਆਪਾਂ ਉਹ ਫੈਸਲਾ ਉਹਨਾਂ ਤੋਂ ਹੋਇਆ ਅਤੇ ਆਪਾਂ ਦੇਖਦੇ ਹਾਂ ਵੀ ਉਹਦਾ ਰਿਜ਼ਲਟ ਕੀ ਨਿਕਲਿਆ। ਫਿਰ ਹੁਣ ਜਿਹੜੀ ਮੈਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਪਿੱਛੇ ਹਰਿਆਣਾ ਕਮੇਟੀ ਖੁੱਸੀ ਆ ਉਹ ਵੀ ਕਿਉਂਕਿ ਪਾਰਲੀਮੈਂਟ ਦਾ ਇੱਕ ਇਹ ਸਬਜੈਕਟ ਸੀ, ਇਹਨਾਂ ਨੂੰ ਪਤਾ ਵੀ ਧਰਮ ਨੂੰ ਕਮਜ਼ੋਰ ਕਿੱਦਾਂ ਕਰਨਾ। ਕਈ ਵਾਰੀ ਅਸੀਂ ਵੀ ਬੌਨੇ ਹੋ ਜਾਂਦੇ ਕਿਉਂਕਿ ਮੇਰੇ ਵਰਗੇ, ਮੈਂ ਪਹਿਲਾਂ ਵੀ ਕਿਹਾ ਕਰਨੀ ਤਾਂ ਹੈ ਪੱਲੇ ਕੁਛ ਨਹੀਂ ਅਤੇ ਸੁਣੀਆਂ ਸੁਣਾਈਆਂ ਗੱਲਾਂ, ਪਰ ਉਹਨਾਂ ਨੇ ਉਹਦੇ ਵਿੱਚ ਵੀ ਇੱਕ ਚਾਲ ਚੱਲੀ ਕਿ ਜਿਹੜਾ ਕਾਰਜ ਆਪ ਕਰਨਾ ਸੀ ਉਹ ਕਾਰਜ ਜੁਡੀਸ਼ਰੀ ਤੋਂ ਕਰਾ ਦਿੱਤਾ। ਅਤੇ ਜੇ ਜੁਡੀਸ਼ਰੀ ਨੇ ਇਹ ਕਾਰਜ ਕਰਨਾ ਹੁੰਦਾ ਅਤੇ ਜਿਹੜੇ ਸਹਿਜਧਾਰੀ ਫੈਡਰੇਸ਼ਨ ਦੀ ਜਿਹੜੀ ਸਾਡੀ ਪਰਿਭਾਸ਼ਾ ਘੜੀ ਗਈ ਸੀ ਉਸ ਵੇਲੇ ਹਾਈ ਕੋਰਟ 'ਚੋਂ ਅਸੀਂ ਕੇਸ ਹਾਰ ਗਿਆ ਸ਼੍ਰੋਮਣੀ ਕਮੇਟੀ ਵੀ ਸਹਿਜਧਾਰੀ ਨੂੰ ਰਾਈਟ ਟੂ ਵੋਟ ਹੈਗਾ, ਪਰ ਉਹਦੇ 'ਚ ਕੁਐਸਚਨ ਆਫ ਲਾਅ ਕੀ ਸੀਗਾ। ਉਹ ਸੁਪਰੀਮ ਕੋਰਟ ਜਿਹੜੇ ਅਪੀਲ ਪਈ ਉਹ 'ਚ ਕੁਐਸਚਨ ਆਫ ਲਾਅ ਸੀ ਕਿ ਬਾਈ ਨੋਟੀਫਿਕੇਸ਼ਨ ਇਹ ਸੈਂਟਰਲ ਗੌਰਮੈਂਟ ਕੋਈ ਨਹੀਂ ਐਕਟ ਬਣਾ ਸਕਦੀ, ਇਹ ਪਹਿਲਾਂ 2/3 ਮੈਜੋਰਟੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕਰੇ ਫਿਰ ਪਾਰਲੀਮੈਂਟ ਦੇ ਵਿੱਚ ਡਿਊਰਿੰਗ ਸੈਸ਼ਨ ਦੋਵੇਂ ਹਾਊਸ ਜਿਹੜਾ ਉਹਨੂੰ ਬਿੱਲ ਦਾ ਰੂਪ ਦੇਣ। ਅਤੇ ਇਹੀਓ ਕਾਰਨ ਹੋਇਆ ਕਿ ਉਹ ਫਿਰ ਇਹਨਾਂ ਨੇ ਪਾਰਲੀਮੈਂਟ 'ਚ ਲਿਜਾ ਕੇ ਉਹਨੂੰ ਪਾਸ ਕੀਤਾ ਅਤੇ ਇਨਫਰਕਚਸ ਹੋ ਗਏ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸਾਡੀ ਪਟੀਸ਼ਨ ਚੱਲਦੀ ਸੀ। ਹੁਣ ਇਸ ਵਾਰ ਵੀ ਇਹਨਾਂ ਨੂੰ ਪਤਾ ਸੀ ਵੀ ਸਾਰਾ ਕਾਰਜ ਤਾਂ ਪਾਰਲੀਮੈਂਟ ਨੇ ਕਰਨਾ, ਪਰ ਇਹ ਦੇਖਦੇ ਸੀ ਵੀ ਦੁੱਖ ਦੀ ਰੱਗ ਕਿ ਸਿੱਖਾਂ ਦੇ ਵਿੱਚ ਕਿਵੇਂ ਪਾੜਾ ਵਧਾਇਆ ਜਾ ਸਕਦਾ, ਪਾੜੇ ਤਾਂ ਸਾਡੇ ਪਹਿਲਾਂ ਹੀ ਬਹੁਤ ਆ। ਇਹਨਾਂ ਨੇ ਉਸੇ ਤਰਜ ਦੇ ਉੱਤੇ ਉਹਨੂੰ ਫੋਲੋ ਨਹੀਂ ਕੀਤਾ, ਸੁਪਰੀਮ ਕੋਰਟ ਤੋਂ ਸਿੱਧਾ ਗੜਾਸਾ ਫੜਾਇਆ ਅਤੇ ਉਹ ਫੜਾਇਆ ਵੀ ਕਿਹਦੇ ਕੋਲੋਂ, ਉਹ ਇੱਕ ਉਹਨਾਂ ਦਾ ਵਨ ਆਫ ਦਾ ਜੱਜ ਜਿਹੜਾ 13 ਦਿਨਾਂ ਦੇ ਬਾਅਦ ਰਿਟਾਇਰ ਹੋ ਗਿਆ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ ਲਈ ਮੈਨੂੰ ਟੋਪਿਕ ਦਿੱਤਾ ਗਿਆ ਕਮੇਟੀ ਵੱਲੋਂ, ਇਹ ਬਹੁਤ ਇੰਪੋਰਟੈਂਟ ਟੋਪਿਕ ਹੈ ਕਿਉਂਕਿ ਪਿਛਲੇ 42 ਸਾਲਾਂ ਤੋਂ ਪੰਜਾਬ ਆਪਣੀ ਫਰੀਡਮ ਦੀ ਲੜਾਈ ਲੜ ਰਿਹਾ, ਆਪਣੀ ਰਾਈਟ ਦੀ ਲੜਾਈ ਲੜ ਰਿਹਾ। ਸੋ ਫਰੀਡਮ ਸਟਰਗਲ ਦੀ ਜਿਹੜੀ ਬੇਸ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਸਵੈ ਨਿਰਣੇ ਦਾ ਹੱਕ ਹੈ। ਔਰ ਇਹ ਸਵੈ ਨਿਰਣੇ ਦਾ ਹੱਕ ਅੰਡਰ UN ਚਾਰਟਰ ਹੈ, ਆਲ ਪੀਪਲ ਹੈਵ ਦੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਹਰ ਲੋਕਾਂ ਨੂੰ ਹੱਕ ਹੈ। ਅਤੇ ਫਿਰ ਉਹ ਲੋਕਾਂ ਨੂੰ ਵੀ ਅੱਗੋਂ ਡਿਫਾਈਨ ਕਰਦੇ ਨੇ ਕਿ ਕਿੰਨਾ ਨੂੰ ਹੱਕ ਹੈ, ਜਿਨ੍ਹਾਂ ਦੀ ਕੋਮਨ ਹਿਸਟੋਰੀਕਲ ਟਰਡੀਸ਼ਨ ਹੋਵੇ, ਜਿਹੜੇ ਇੱਕ ਖਿੱਤੇ 'ਚ ਰਹਿੰਦੇ ਹੋਣ, ਇੱਕ ਖਾਸ ਖਿੱਤੇ ਦੇ ਵਿੱਚ ਰਹਿੰਦੇ ਹੋਣ, ਉਹਨਾਂ ਦੀ ਕੋਮਨ ਹਿਸਟੋਰੀਕਲ ਟਰਡੀਸ਼ਨ ਹੋਵੇ, ਉਹਨਾਂ ਦੀ ਐਥਨਿਕ ਆਇਡੈਂਟੀ ਇੱਕ ਹੋਵੇ, ਉਹਨਾਂ ਦੀ ਕਲਚਰਲ ਹੋਮੋਜੈਨਿਟੀ ਹੋਵੇ,
ਲਿੰਗਵਿਸਟਿਕ ਯੂਨਿਟੀ ਹੋਵੇ, ਬੋਲੀ ਇੱਕ ਹੋਵੇ, ਰਿਲੀਜਨ ਔਰ ਆਈਡੀਓਲੋਜੀਕਲ ਐਫਿਨਿਟੀ ਹੋਵੇ, ਟੈਰੀਟੋਰੀਅਲ ਕੁਨੈਕਸ਼ਨ ਹੋਵੇ। ਇਹ ਜਿਹੜੇ ਲੋਕ ਇਹ ਖਿੱਤੇ ਦੇ ਵਿੱਚ ਜਦੋਂ ਰਹਿੰਦੇ ਨੇ ਇਕੱਠੇ, ਤਾਂ ਉਹਨਾਂ ਲੋਕਾਂ ਦੇ ਸਮੂਹ ਨੂੰ ਵੀ ਇਹ ਹੱਕ ਹੈ ਕਿ ਉਹ ਆਪਣੇ ਸਵੈ ਨਿਰਣੇ ਦੇ ਹੱਕ ਦੇ ਲਈ ਲੜ ਸਕਦੇ ਨੇ, ਮੰਗ ਸਕਦੇ ਨੇ। ਔਰ ਗੱਲ ਦੇਖੋ UN ਦੇ ਵਿੱਚ ਵੀ ਪਈ ਹੈ, ਔਰ UN ਚਾਰਟਰ ਕਹਿੰਦਾ ਇੰਡੀਆ ਨੇ ਸਾਈਨ ਕੀਤੇ ਨੇ ਇਸ 'ਤੇ, ਇਸ ਡੈਕਲਾਰੇਸ਼ਨ 'ਤੇ, ਪਰ ਕੁਛ ਰਿਜ਼ਰਵੇਸ਼ਨਸ ਦੇ ਨਾਲ। ਅਸੀਂ G20 ਨੂੰ ਅੱਜ ਐਡਰੈਸ ਹੋ ਕੇ ਗੱਲਾਂ ਕਰ ਰਹੇ ਹਾਂ, ਅਤੇ G20 ਨੂੰ ਜਦੋਂ ਐਡਰੈਸ, ਉਹਦੇ ਵਿੱਚ ਦੋ ਮੁਲਕ ਨੇ ਜਿਹੜੇ ਆਪਣੇ ਆਪਣੇ ਪ੍ਰਾਂਤਾਂ ਨੂੰ, ਲੋਕਾਂ ਨੂੰ ਇਹ ਰਾਈਟ ਦਿੰਦੇ ਨੇ। ਹੁਣ ਉਹਨਾਂ ਦਾ ਉਦਾਹਰਣ ਸਾਡੇ ਸਾਹਮਣੇ ਆ। ਅਸੀਂ ਜਦੋਂ ਬਾਕੀ ਕੰਟਰੀਜ਼ ਦੇ ਨਾਲ ਵੀ ਗੱਲ ਕਰ ਰਹੇ ਹਾਂ, ਜਾਂ ਉਹਨਾਂ ਨੂੰ ਸਾਡਾ ਉਹਨਾਂ ਦੇ ਕੋਲੋਂ ਕੀ ਕਲੇਮ ਬਣਦਾ ਜਾਂ ਕੀ ਹੋਪ ਬਣਦੀ ਹੈ, ਤਾਂ ਜਦੋਂ UN ਦੇ ਅੰਡਰ ਕੰਮ ਕਰਨ ਵਾਲੇ ਸਾਰੇ ਜਿਹੜੇ UN ਦੀ ਅਗਵਾਈ ਹੇਠੇ 19 ਕੰਟਰੀਜ਼ ਨੇ ਇੰਡੀਆ ਨੂੰ ਛੱਡ ਕੇ, ਇਹ ਜਿਹੜੀਆਂ ਕੰਟਰੀਜ਼ ਨੇ, ਜਦੋਂ ਆਪਾਂ ਇਹਨਾਂ ਨੂੰ ਐਡਰੈਸ ਕਰ ਰਹੇ ਹਾਂ ਔਰ ਇਹਨਾਂ ਨੂੰ ਮੁਖਾਤਬ ਹੋ ਕੇ ਗੱਲ ਕਰ ਰਹੇ ਹਾਂ, ਅਤੇ ਸਾਡਾ ਇਹਨਾਂ ਨੂੰ ਪਹਿਲੀ ਗੱਲ ਤਾਂ ਪੁੱਛਣਾ ਬਣਦਾ ਕਿ ਜਦੋਂ ਇੰਡੀਆ ਨੇ ਔਰ ਬਾਕੀ ਕੰਟਰੀਜ਼ ਨੇ ਇਸ ਡੈਕਲਾਰੇਸ਼ਨ ਨੂੰ ਅਡੋਪਟ ਕੀਤਾ, ਤਾਂ ਕੀ ਇਹਨਾਂ ਦਾ ਇਹ ਰਾਈਟ ਨਹੀਂ ਬਣਦਾ, ਇਹਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ, ਸਾਂਝੀ ਜ਼ਿੰਮੇਵਾਰੀ ਨਹੀਂ ਹੈ ਕਿ ਇੰਡੀਆ ਨੂੰ ਇਸ ਗੱਲ ਲਈ ਇੰਪ੍ਰੈਸ ਕੀਤਾ ਜਾਵੇ, ਪ੍ਰੈਸ ਕੀਤਾ ਜਾਵੇ ਕਿ ਇਹ ਜਿਹੜਾ ਰਾਈਟ ਹੈ ਜਿਹੜੇ ਪੈਰੀਫੇਰੀਅਲ ਸਟੇਟਸ ਦੇ ਲੋਕ ਮੰਗ ਰਹੇ ਨੇ ਉਹਨਾਂ ਨੂੰ ਦਿੱਤਾ ਜਾਵੇ? ਅਤੇ ਜੇ ਇੰਡੀਆ ਨਹੀਂ ਦਿੰਦਾ, ਸਟੱਬ ਔਨ ਹੈ, ਅੜਿਆ ਅੜੀਅਲ ਹੈ, ਤਾਂ ਫਿਰ UN ਦਾ ਅਤੇ ਇਹਨਾਂ ਮੁਲਕਾਂ ਦਾ ਕੀ ਰੋਲ ਬਣਦਾ ਕਿ ਜਿਹੜੇ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਇਹ ਹੱਕ ਕਿਵੇਂ ਪ੍ਰਾਪਤ ਹੋਵੇ? ਧਰਮ ਜਿਹੜਾ ਹੈ ਉਹ ਮਨੁੱਖ ਦਾ ਆਪਣਾ ਕੁਦਰਤੀ ਰਾਖਵਾਂ ਹੱਕ ਹੈ, ਉਹਦੀ ਆਤਮਾ ਦੀ ਮਰਜ਼ੀ ਹੈ ਕਿ ਉਹਨਾਂ ਇਹ ਪਰਮਾਤਮਾ ਨੂੰ ਕਿਵੇਂ ਮੰਨਣਾ, ਕਿਵੇਂ ਦੇਖਣਾ, ਕਿਵੇਂ ਉਹਨੂੰ ਸਮਝਣਾ। ਇਹ ਇੱਕ ਬਹੁਤ ਜਜ਼ਬਾਤੀ ਅਤੇ ਸੂਖਮ ਕਿਸਮ ਦਾ ਮਸਲਾ ਹੈ। ਜਦੋਂ ਇਹਦੇ ਵਿੱਚ ਕੋਈ ਸਰਕਾਰ, ਕੋਈ ਸਟੇਟ, ਕੋਈ ਮਨੁੱਖ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਦਖਲ ਦੇਣ ਦਾ ਯਤਨ ਕਰਦਾ, ਤਾਂ ਧਰਮ ਨੂੰ ਮੰਨਣ ਵਾਲਾ ਮਨੁੱਖ ਜਿਹੜਾ ਉਹਨੂੰ ਕਿਤੇ ਨਾ ਕਿਤੇ ਇਹਦੀ ਚੀਸ ਮਹਿਸੂਸ ਹੁੰਦੀ ਹੈ। ਸਾਡੇ ਨਾਲ ਇਹੋ ਜਿਹਾ ਵਰਤਾਰਾ ਜਿਹੜਾ ਉਹ ਆਜ਼ਾਦ ਭਾਰਤ ਦੀ ਧਰਤੀ 'ਤੇ ਲਗਾਤਾਰ ਹੀ ਹੁੰਦਾ ਆ ਰਿਹਾ। ਪੋਲਿਸੀ ਜਿਹੜੀ ਸਟੂਡੈਂਟਸ ਦੇ ਖਿਲਾਫ ਆਈ ਆ ਉਹ ਹੋਵੇ, ਉਹ ਲਗਾਤਾਰ ਪੂੰਜੀਪਤੀਆਂ ਦੇ ਹਿੱਤਾਂ ਦੇ ਵਿੱਚ ਆ। ਉਹਦੇ ਵਿੱਚ ਦਲਾਲ, ਪੂੰਜੀਪਤੀ, ਸਰਕਾਰ ਅਤੇ ਸੰਬੰਧੀ ਲੋਕਾਂ ਦੀ ਜਿਹੜੀ ਹਿੱਤਾਂ ਦੇ ਵਿੱਚ ਕਾਨੂੰਨ ਬਣਦੇ ਆ, ਪਰ ਅਜੇ ਤੱਕ ਮਜ਼ਦੂਰਾਂ ਦੇ ਹੱਕਾਂ ਵਿੱਚ, ਕਿਸਾਨਾਂ ਦੇ ਹੱਕਾਂ ਵਿੱਚ ਕੋਈ ਕਾਨੂੰਨ ਬਣੇ ਨਹੀਂ ਹੈਗੇ। ਅਤੇ ਲੇਬਰ ਕੋਡ ਦੇ ਵਿੱਚ ਜੇਕਰ ਆਪਾਂ ਹੋਰ ਗੱਲ ਕਰੀਏ, ਲੇਬਰ ਕੋਡ ਦੇ ਵਿੱਚ ਕੀ ਹੈ ਕਿ ਪਹਿਲਾਂ ਸੁਰੱਖਿਆ ਥੋੜ੍ਹੀ ਬਹੁਤ ਹੁੰਦੀ ਸੀ ਮਜ਼ਦੂਰਾਂ ਨੂੰ। ਮੰਨ ਲਓ ਤੁਸੀਂ ਕਿਸੇ ਕੰਪਨੀ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ 'ਤੇ ਕੰਮ ਕਰ ਰਹੇ ਹੋ, ਤੁਹਾਡੇ 'ਤੇ ਕੋਈ ਦਿੱਕਤ ਆਉਂਦੀ ਆ, ਹੱਥ ਪੈਰ ਕੱਟ ਦਿੰਦਾ, ਮੌਤ ਹੋ ਜਾਂਦੀ ਆ, ਤਾਂ ਤੁਹਾਨੂੰ ਕੋਈ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਆ। ਪਰ ਹੁਣ ਦੇ ਲੇਬਰ ਕੋਡ ਦੇ ਵਿੱਚ ਇਹ ਹੈ ਕਿ ਤੁਹਾਡਾ ਹੱਥ ਪੈਰ ਕੱਟ ਜਾਂਦਾ, ਤੁਹਾਡੀ ਮੌਤ ਹੋ ਜਾਂਦੀ ਹੈ, ਤੁਹਾਡਾ ਉਲਟਾ ਤੁਹਾਡੇ 'ਤੇ ਕਾਰਵਾਈ ਕੀਤੀ ਜਾਊਗੀ। ਥੋੜ੍ਹਾ ਬਹੁਤ ਨੁਕਸਾਨ ਵੀ ਹੁੰਦਾ, ਤੁਹਾਨੂੰ 6 ਮਹੀਨੇ ਦੀ ਸਜ਼ਾ ਤੱਕ ਦਿੱਤੀ ਜਾ ਸਕਦੀ ਹੈ। ਅਤੇ ਇਹਦੇ ਵਿੱਚ ਇਹ ਵੀ ਇੰਨਾ ਉਤਪਾਦਨ ਕਰਨ ਵਾਲੇ ਮਜ਼ਦੂਰਾਂ ਦੇ ਉੱਪਰ ਇੰਨਾ ਤਸ਼ੱਦਦ ਕੀਤਾ ਜਾ ਰਿਹਾ, ਤੁਹਾਨੂੰ ਕਦੋਂ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ, ਤੁਹਾਡੀ ਕੋਈ ਸੁਰੱਖਿਆ ਦੀ ਗਰੰਟੀ ਨਹੀਂ ਹੈਗੀ। ਇਹੋ ਜਿਹੇ ਲਗਾਤਾਰ ਜਿਹੜੇ ਕਾਨੂੰਨ ਆ ਮਜ਼ਦੂਰਾਂ ਦੇ ਖਿਲਾਫ਼ ਲੈ ਕੇ ਆਏ ਜਾ ਰਹੇ ਆ। ਅਤੇ ਸਭ ਤੋਂ ਵੱਡਾ ਹਮਲਾ ਉਹਨਾਂ ਦਾ ਹੈਗਾ, ਉਹਨਾਂ ਦੀ ਯੂਨੀਅਨ ਬਣਾਉਣ 'ਤੇ ਅਧਿਕਾਰ ਤੋਂ ਉਹਨਾਂ ਨੂੰ ਵੰਚਿਤ ਕਰ ਦਿੱਤਾ ਗਿਆ ਹੈਗਾ।
ਕਿਸਾਨ ਵੀ ਯੂਨੀਅਨ ਬਣਾ ਸਕਦੇ ਆ, ਮਹਿਲਾਵਾਂ ਯੂਨੀਅਨ ਬਣਾ ਸਕਦੇ ਆ, ਸਟੂਡੈਂਟ ਵੀ ਯੂਨੀਅਨ ਬਣਾ ਸਕਦੇ ਆ, ਪਰ ਮਜ਼ਦੂਰ ਯੂਨੀਅਨ ਨਹੀਂ ਬਣਾ ਸਕਦਾ, ਕਿਉਂਕਿ ਮਜ਼ਦੂਰ ਦੁਨੀਆ ਦਾ ਸਭ ਤੋਂ ਤਾਕਤਵਰ ਤਬਕਾ ਹੁੰਦਾ। ਅਤੇ ਨੇਸ਼ਨ ਦੇ ਯੈਸਮੈਨ ਅੱਜ ਪੈਦਾ ਕੀਤੇ ਜਾ ਰਹੇ ਹੈ, ਨੈਸ਼ਨਲਿਸਟ ਪੈਦਾ ਕੀਤੇ ਜਾ ਰਹੇ ਹੈ, ਅਤੇ ਜੇ ਮੈਂ ਕਹਾਂ ਕਿ ਐਜੂਕੇਸ਼ਨ ਦਾ ਜਿਹੜਾ ਅੱਜ ਭਗਵਾਂ ਕਰਨ ਜਿਹੜਾ ਹੈ ਉਹ ਹੁੰਦਾ ਅੱਜ ਨਜ਼ਰ ਆ ਰਿਹਾ ਹੈ। ਵੀਰ ਜੀ ਨੇ ਪਹਿਲਾਂ ਆਪ ਜੀ ਨੂੰ ਬਰੀਫ ਕੀਤਾ ਹੈ ਕਿ ਐਜੂਕੇਸ਼ਨ ਨੇ ਸਾਡਾ ਇੱਕ ਮੋਰਾਲ ਸੈੱਟ ਕਰਨਾ ਹੁੰਦਾ ਹੈ, ਆਪਣੀ ਜੀਵਨ ਨੂੰ ਬਤੀਤ ਕਰਨ ਦੇ ਲਈ ਇੱਕ ਸਹੀ ਸੇਧ ਦੇਣੀ ਹੁੰਦੀ ਹੈ, ਜੋ ਸਾਡੀ ਸੁਸਾਇਟੀ ਨੂੰ ਸਾਡੀ ਸੇਵਾ ਜਾਣੀ ਹੈ। ਤਾਂ ਉਮਰ 20 ਸਾਲ ਹੀ ਹੋ ਗਏ ਬੰਦੀ ਸਿੰਘਾਂ ਦੀ ਜਿਹੜੀ ਆ ਪੈਦਵਾਈ ਕਰਦਿਆਂ ਜਾਂ ਗੱਲ ਕਰਦਿਆਂ ਇੰਨੇ ਮੋਰਚੇ ਧਰਨੇ ਮੁਜ਼ਾਹਰੇ ਹੁੰਦੇ ਆ, ਅਤੇ ਉਹਦੇ ਵਿੱਚ ਕੋਈ ਸਫਲਤਾਵਾਂ ਵੀ ਮਿਲਦੀਆਂ ਅੰਸ਼ਕ ਰੂਪ ਦੇ ਵਿੱਚ, ਪਰ ਸਟੇਟ ਵੱਲੋਂ ਪੋਲੀਟੀਕਲ ਡਿਸੀਜਨ ਲੈ ਕੇ ਉਹਦਾ ਕੋਈ ਵੀ ਜਿਹੜਾ ਹੱਲ ਨਹੀਂ ਕੱਢਿਆ ਜਾਂਦਾ, ਉਹ ਇੱਕ ਸੈਟਅਪ ਦੇ ਵਿੱਚ ਹੀ ਜਿਹੜੀਆਂ ਹੁੰਦੀਆਂ ਹੈਗੀਆਂ। ਸੋ ਉਹਨਾਂ ਦੇ ਜਿਹੜੇ ਪੁਲਿਸ ਵਾਲਿਆਂ ਦੇ ਪਰਿਵਾਰ ਆ, ਮੈਂ ਕਦੀ ਨਹੀਂ ਦੇਖਿਆ ਵੀ ਕਿਸੇ ਨੇ ਕੋਈ 10 ਰੁਪਏ ਖਰਚ ਕੇ ਕੋਈ ਪ੍ਰੈਸ ਕਾਨਫਰੰਸ ਹੀ ਕੀਤੀ ਹੋਵੇ ਵੀ ਸਾਡੇ ਬੰਦਿਆਂ ਨੂੰ ਬੜਾ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ, ਸਾਲ ਡੇਢ ਸਾਲ ਬਾਅਦ ਵੀ, ਉਹ ਸਾਲ ਡੇਢ ਸਾਲ ਵੀ ਉਹ ਜਿਹੜਾ ਉਹਨਾਂ ਨੇ ਪਰੋਲਾਂ ਦੇ ਵਿੱਚ ਹੀ ਕੱਟਿਆ ਹੁੰਦਾ, ਉਹਨਾਂ ਨੂੰ ਸੁਪਰਡੈਂਟ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪਰੋਲਾਂ ਦੇ ਕੇ ਛੱਡਿਆ ਜਾਂਦਾ, 19-19 ਮਹੀਨਿਆਂ ਬਾਅਦ ਵੀ ਉਮਰ ਕੈਦੀ ਪੁਲਿਸ ਵਾਲਿਆਂ ਨੂੰ ਜਿਹੜੇ ਉਹਨਾਂ ਦੇ ਰਿਹਾਈ ਦੇ ਨਕਸ਼ੇ ਇਰਰੈਲੇਵੈਂਟ ਟੂ ਵੀ ਸਰਕਾਰ ਕਿਹਦੀ ਆ, ਬਾਦਲ ਦੀ ਆ, ਕਾਂਗਰਸ ਦੀ ਆ, ਆਮ ਆਦਮੀ ਦੀ ਆ, ਖਾਸ ਪਾਰਟੀ ਦੀ ਆ, ਕਿਸੇ ਦਾ ਕੋਈ ਸੰਬੰਧ ਨਹੀਂ। ਜਿਹੜੀ ਜਿੱਥੋਂ ਅਸੀਂ ਇਹ ਗੱਲ ਕਰਦੇ ਹਾਂ ਉੱਥੇ ਸਿਸਟਮ ਦੀ ਗੱਲ ਆ, ਦਿੱਲੀ ਦਰਬਾਰ ਦੀ ਗੱਲ ਹੈਗੀ ਆ, ਉਹ ਆਪਣੇ ਕਰਿੰਦਿਆਂ ਨੂੰ ਇੰਨੀਆਂ ਮਸ਼ਕਤਾਂ ਦੇ ਨਾਲ ਕਰਾਈਆਂ ਹੋਈਆਂ ਸਜ਼ਾਵਾਂ ਨੂੰ ਵੀ ਉਹ ਸਾਲ ਡੇਢ ਸਾਲ ਬਾਅਦ ਉਹਨਾਂ ਨੂੰ ਰਿਹਾਈਆਂ ਦੇ ਉਹਨਾਂ ਦੇ ਨਕਸ਼ੇ ਤੋੜ ਕੇ ਉਹਨਾਂ ਨੂੰ 2-4 ਸਾਲ ਬਾਅਦ ਰਿਹਾਈ ਦੇ ਦਿੰਦੀ ਆ। ਉਹਨਾਂ ਦੀ ਸਾਡੇ ਵਾਰੀ ਕਹਿ ਦਿੰਦੇ ਜੀ ਨਹੀਂ ਇਹਨਾਂ ਦੀ ਅਪੀਲ ਪੈਂਡਿੰਗ ਆ ਜੀ, ਇਹਨਾਂ ਦੀ ਅਜੇ ਸੁਪਰੀਮ ਕੋਰਟ ਪੈਂਡਿੰਗ ਆ, ਹਾਈ ਕੋਰਟ ਪੈਂਡਿੰਗ ਆ। ਸੋ ਇਹ ਬੜੀ ਵੱਡੀ ਐਫਰਟ ਹੈਗੀ ਹੈ ਦਲ ਖਾਲਸੇ ਦੀ, ਜਿੱਥੇ ਇੰਡੀਅਨ ਸਟੇਟ ਇਹ ਜਿਹੜੇ ਟੋਪ ਨੇਸ਼ਨਸ ਨੂੰ ਇੱਕ ਆਪਦਾ ਨੈਰੇਟਿਵ ਦੱਸਣਾ ਚਾਹੁੰਦੀ ਹੈ, ਉਹਦੇ ਪੈਰਲਰ ਸਾਡੇ ਸਿੱਖਾਂ ਦੇ ਇੱਥੇ ਕੀ ਹਾਲਾਤ ਹੈਗੇ ਨੇ, ਅਸੀਂ ਉਹ ਸ਼ੀਸ਼ਾ ਦਿਖਾਉਣ ਦੀ ਇਸ ਸੈਮੀਨਾਰ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਕੂਪਾਈਡ ਖਾਲਸਾ ਰਾਜ ਦੀ ਆਜ਼ਾਦੀ ਲਈ ਜਿਹੜੇ ਬੰਦੇ ਸਾਡੇ ਅੰਦਰ ਜਾ ਰਹੇ ਨੇ ਉਹ ਪ੍ਰਿਜ਼ਨਰ ਆਫ ਵਾਰ ਹੈਗੇ ਨੇ, ਅਤੇ ਇਹ ਅਸੀਂ G20 ਦੇ ਨੁਮਾਇੰਦਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ UN ਦਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜੇ ਪ੍ਰਿਜ਼ਨਰ ਆਫ ਵਾਰਸ ਨੇ ਉਹਨਾਂ ਨੂੰ ਫਾਂਸੀ ਨਹੀਂ ਹੋ ਸਕਦੀ। ਇੱਥੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ, ਕਿਉਂਕਿ ਜਰਮਨੀ ਵੀ ਅੱਜ ਇਹਦੇ ਵਿੱਚ ਸਰੀਕ ਹੈਗਾ, ਜਰਮਨ ਤੋਂ ਲੈ ਕੇ ਆਏ ਸੀ ਉਹਨਾਂ ਨੂੰ, ਜਦੋਂ ਐਕਸਟ੍ਰੈਡੀਸ਼ਨ ਦੇ ਵਿੱਚ ਲੈ ਕੇ ਆਏ ਨੇ, ਇਹਨਾਂ ਨੇ ਕਿਹਾ ਕਿ ਉਹਨੂੰ ਫਾਂਸੀ ਨਹੀਂ ਕਰਾਂਗੇ, ਉਹਦੇ ਬਾਵਜੂਦ ਵੀ ਅਜੇ ਤੱਕ ਇਹਨਾਂ ਨੇ ਉਹ ਫਾਂਸੀ ਕੀਤੀ ਹੈ। ਅਤੇ ਜਿਹੜੇ ਸਾਡੇ ਦੋ ਬੰਦੇ ਨੇ, ਭਾਈ ਬਲਵੰਤ ਸਿੰਘ ਰਾਜੋਆਨ ਹੈ, ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੀ ਵੀ ਜਿਹੜੀ ਡੈਥ ਸੈਂਟੈਂਸ ਹੈਗੀ ਹੈ, UN ਨੂੰ ਇੰਟਰਵੀਨ ਕਰਨਾ ਚਾਹੀਦਾ, ਕਿਉਂਕਿ ਇਹ G20 ਬਹੁਤ ਪਾਵਰਫੁੱਲ ਲੋਬੀ ਹੈ, ਇੰਡੀਆ 'ਤੇ ਇਹਨਾਂ ਦਾ ਬਹੁਤ ਪ੍ਰਭਾਵ ਹੈਗਾ। ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਅੱਜ ਇਹਨਾਂ ਨੂੰ ਇੱਥੇ ਹਿੰਦੁਸਤਾਨ ਦੇ ਆਲ ਦੌਰਾ ਕਰਕੇ ਇੱਕ ਪੰਜਾਬ ਦੀ ਪਰਸਨਲ ਵਿਜ਼ਿਟ ਵੀ ਕਰਨੀ ਚਾਹੀਦੀ ਹੈ, ਜੋ ਇੰਡੀਅਨ ਸਟੇਟ ਅੱਜ G20 ਨੇਸ਼ਨਸ ਨੂੰ ਦਿਖਾਉਣਾ ਚਾਹੁੰਦੀ ਹੈ, ਹਾਲਾਤ ਉਵੇਂ ਨਹੀਂ ਹੈਗੇ। ਜੋ ਸਿੱਖਿਆ ਪ੍ਰਬੰਧ ਆ ਅੱਜ ਸਾਡੇ ਸਮੇਂ ਦੇ ਵਿੱਚ, ਉਸ ਸਮੇਂ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਦੋਂ ਔਨਲਾਈਨ ਸਿੱਖਿਆ ਦੀ ਗੱਲ ਹੋ ਰਹੀ ਆ, ਅਤੇ ਸਰਕਾਰ ਦੇ ਇੱਕ ਹੁਕਮ ਦੇ ਨਾਲ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ, ਅਤੇ ਅਸੀਂ ਉਸ ਨਿਜ਼ਾਮ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਪੜ੍ਹ ਰਹੇ ਹਾਂ ਜਾਂ ਜੂਝ ਰਹੇ ਹਾਂ, ਜਿਹਦੇ ਕੋਲ ਪੱਛਮ ਦਾ ਐਜੂਕੇਸ਼ਨ ਸਿਸਟਮ ਆ, ਜਿਹਦੇ ਰਾਹੀਂ ਬਹੁਤ ਥੋੜ੍ਹੀ ਗਿਣਤੀ ਬਹੁਤ ਵੱਡੀ ਗਿਣਤੀ ਨੂੰ ਕਾਬੂ ਕਰ ਸਕਦੀ ਹੈ, ਅਤੇ ਐਜੂਕੇਸ਼ਨ ਸਿਸਟਮ
ਉਹਨਾਂ ਲੋਕਾਂ ਦੇ ਹੱਥ 'ਚ ਆ ਗਿਆ ਜਿਹੜੇ ਬਹੁਗਿਣਤੀ ਦੇ ਸਿਰ 'ਤੇ ਰਾਜ ਕਰ ਰਹੇ ਨੇ, ਤਾਂ ਸਾਡੇ ਵਾਸਤੇ ਇਹ ਡਬਲ ਖਤਰਨਾਕ ਸਿਚੁਏਸ਼ਨ ਆ। ਬਹੁਤ ਵੱਡਾ ਟੂਲ ਆ ਜਿਹੜਾ ਅੱਜ ਇੰਡੀਅਨ ਸਟੇਟ ਕੋਲ ਆ। ਤਾਂ ਅੱਜ ਜੇ ਸਿੱਖਾਂ ਦੇ ਤਾਂ ਸਿੱਖਿਆ ਸੰਸਥਾਨ ਚੱਲ ਰਹੇ ਨੇ, ਪਰ ਉਹ ਕਿਹਦੇ ਗਲਬੇ ਹੇਠ ਨੇ? ਯੂ ਜੀ ਸੀ ਸਿਲੇਬਸ ਤੈਅ ਕਰਦੀ, ਸਕੂਲਾਂ ਦਾ ਸਿਲੇਬਸ ਐਨ ਸੀ ਆਰ ਟੀ ਤੈਅ ਕਰ ਰਹੀ ਆ। ਤਾਂ ਇਹ ਇੱਕ ਬਹੁਤ ਜ਼ਿਆਦਾ ਖਤਰਨਾਕ ਸਿਚੁਏਸ਼ਨ ਆ। ਉਹ ਸਟੇਟ ਜਿਹੜੀ ਤੁਹਾਡੀ ਨਸਲਕੁਸ਼ੀ ਦੇ ਉੱਪਰ ਉਤਾਰੂ ਹੋਵੇ, ਉਹ ਤੁਹਾਡਾ ਸਿਲੇਬਸ ਡਿਫਾਈਨ ਕਰੇ, ਤਾਂ ਮੈਨੂੰ ਲੱਗਦਾ ਨਹੀਂ ਕਿ ਉਹਦੇ ਵਿੱਚ ਸਰਵਾਈਵਲ ਦੇ ਕੋਈ ਚਾਂਸ ਰਹਿ ਜਾਂਦੇ ਆ। ਤਾਂ ਸਿੱਖਾਂ ਨੂੰ ਆਪਣਾ ਇੰਟਰਨੈਸ਼ਨਲ ਪੱਧਰ 'ਤੇ, ਕੌਮਾਂਤਰੀ ਪੱਧਰ ਦੇ ਉੱਪਰ ਵਿਚਾਰ ਕਰਕੇ, ਇੱਕ ਕਰੀਕੁਲਮ ਤਿਆਰ ਕਰਕੇ, ਉਹਨੂੰ ਮਾਨਤਾ ਦਿਵਾਉਣ ਵਾਲੇ ਪਾਸੇ ਸਟਰਗਲ ਜਿਹੜਾ ਹੈ ਤੋਰਨਾ ਚਾਹੀਦਾ ਆ। ਭਾਰਤੀ ਸਟੇਟ ਦੀਆਂ ਨੀਤੀਆਂ ਦਾ ਅਸਰ ਕੀ ਹੈ? ਉਹ ਜੱਗ ਜ਼ਾਹਰ ਹੈ ਵੀ ਜਿਹੜਾ ਕਿਰਤੀ ਕਿਸਾਨ ਹੈ, ਜਿਹੜਾ ਵੱਡੀ ਮਜੋਰਟੀ ਵਾਲਾ, ਉਹ ਅੱਜ ਖੁਦਕੁਸ਼ੀਆਂ ਕਰ ਰਿਹਾ, ਅਤੇ ਜਿਹੜੀ ਉਹਦੀ ਰੋਜ਼ੀ ਦਾ ਸਾਧਨ ਜ਼ਮੀਨ ਆ, ਦੋ ਚਾਰ ਚਾਰ ਕਿੱਲੇ ਛੋਟੀ ਕਿਸਾਨੀ ਹੈ ਜਿਹੜੀ, ਉਹ ਕਰਜ਼ੇ ਕਾਰਨ, ਬੈਂਕਾਂ ਦੇ ਕਰਜ਼ੇ ਕਾਰਨ, ਹੋਰ ਪ੍ਰਾਈਵੇਟਾਂ ਦੇ ਕਰਜ਼ੇ ਕਾਰਨ ਉਹਨਾਂ ਦੇ ਹੱਥਾਂ 'ਚੋਂ ਦਿਨੋਂ ਦਿਨ ਕਿਰਦੀ ਜਾ ਰਹੀ ਹੈ। ਭਾਰਤ WTO ਦਾ ਅੰਗ ਬਣਿਆ, ਅਤੇ ਉਸ ਤੋਂ ਬਾਅਦ ਜਿੰਨੀਆਂ ਵੀ ਹਕੂਮਤਾਂ ਆਈਆਂ, ਭਾਵੇਂ ਆਪਣੀ ਨਰਸਿਮਹਾ ਰਾਓ ਵਾਲੀ ਸੀਗੀ, ਭਾਵੇਂ ਮਨਮੋਹਨ ਸਿੰਘ ਵਾਲੀ ਸੀ, ਭਾਵੇਂ ਉਸ ਤੋਂ ਬਾਅਦ ਇਹ ਮੋਦੀ ਵਾਲੀ ਆ ਗਈ, ਉਹਨਾਂ ਨੇ WTO ਦੇ ਤਹਿਤ ਸਾਰੀਆਂ ਪੋਲਿਸੀਆਂ ਉਹਨਾਂ ਲਈ ਲੁੱਟ ਦਾ ਰਾਹ ਪੱਧਰਾ ਕਰਨ ਦੀ ਖਾਤਰ ਲੈ ਕੇ ਆਏ ਨੇ। ਵੀ ਇੱਕ ਤਾਂ 20 ਦੇਸ਼ਾਂ ਦੇ ਲੋਕ ਨੇ, ਇੱਕ 20 ਦੇਸ਼ਾਂ ਦੀਆਂ ਹਕੂਮਤਾਂ ਨੇ, ਹਕੂਮਤਾਂ ਤਾਂ ਸਾਡੀ ਜੀ ਬਰਬਾਦੀ ਦਾ ਆਪ ਕਾਰਨ ਹੈ ਉਹਨਾਂ ਦੇਸ਼ਾਂ ਦੀਆਂ ਵੀ। ਜਦੋਂ ਅਸੀਂ ਦਿੱਲੀ ਵਾਲਾ, ਆਪਾਂ ਸਾਰਿਆਂ ਨੇ ਰਲ ਕੇ ਅੰਦੋਲਨ ਲੜਿਆ, ਇਕੱਲਾ ਆਪਾਂ ਮੈਚ ਹੀ ਨਹੀਂ ਦੇਖਿਆ ਦਿੱਲੀ ਵਾਲੇ ਅੰਦੋਲਨ, ਕਿਸਾਨ ਅੰਦੋਲਨ ਦਾ, ਆਪਾਂ ਹੱਡੀ ਵੀ ਹੰਢਾਇਆ ਉਹਨੂੰ ਸਾਰੇ ਕਿਸੇ ਨੂੰ। ਉਦੋਂ ਇਹ ਜਿਹੜੀਆਂ ਉਹ ਤਿੰਨੇ ਕਾਨੂੰਨ ਸੀਗੇ ਜਿਹੜੀ ਸਾਰੀ ਪੈਦਾਵਾਰ ਨੂੰ ਮੋਨੋਪਲੀ ਕਾਇਮ ਕਰਦੇ ਸੀਗੇ, ਵੀ ਜਿਹੜੀ ਜਿੰਨੀ ਮਰਜ਼ੀ ਕੋਈ ਭੰਡਾਰ ਕਰ ਲਏ, ਕੋਈ ਸਾਰੀ ਖੇਤੀ ਦਾ ਜਿਹੜਾ ਸੀਗਾ ਮੰਡੀਕਰਨ ਖਤਮ ਕਰਕੇ ਸਾਰਾ ਪ੍ਰਾਈਵੇਟਾਂ ਦੇ ਸਿੱਟਣ ਵਾਲਾ ਸੀਗਾ, ਚਲੋ ਤਿੰਨੇ ਕਾਨੂੰਨਾਂ ਦੀ ਵਿਆਖਿਆ ਪਹਿਲਾਂ ਆਈ ਹੋਈ ਹੈ। ਤਾਂ ਸਾਰੀਆਂ ਦੇਸ਼ਾਂ ਦੇ ਲੋਕਾਂ ਨੇ ਤਾਂ ਸਾਨੂੰ, ਵੱਡੀ ਗਿਣਤੀ ਲੋਕਾਂ ਨੇ ਸਾਨੂੰ ਸਪੋਰਟ ਕੀਤੀ ਹੈ, ਪਰ ਉੱਥੋਂ ਦੀਆਂ ਹਕੂਮਤਾਂ ਨੇ ਇਹਨੂੰ ਸਲਾਹਿਆ। ਇਸ ਸੱਤਾ ਦੇ ਤੈਅ ਕੀਤੇ ਦਾਇਰਿਆਂ ਤੋਂ ਬਾਹਰ ਜਿਹੜਾ ਕੋਈ ਪੋਲੀਟੀਕਲ ਆਈਡੀਆ ਬੋਲ ਰਿਹਾ, ਉਹਨੂੰ ਕੁਚਲਣ ਦੀ ਖਾਤਰ ਪੂਰੀ ਸਟੇਟ ਜਿਹੜੀ ਡੈਮੋਕ੍ਰੇਟਿਕ ਹੋਣ ਦਾ ਦਾਅਵਾ ਕਰਦੀ ਹੈ, ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਹੋਣ ਦਾ ਕਲੇਮ ਆ ਜਿਹਦਾ, ਉਹ ਕਿਵੇਂ ਇੱਕ ਦਿਨ ਦੇ ਵਿੱਚ ਹੀ ਇੱਕ ਪੁਲਿਸ ਸਟੇਟ ਦੇ ਵਿੱਚ ਬਦਲ ਜਾਂਦੀ ਹੈ? ਤਾਂ ਉਹ ਪੁਲਿਸ ਸਟੇਟ ਦਾ ਜਿਹੜਾ ਉਹਦਾ ਤੌਰ ਤਰੀਕਾ, ਉਹ ਭਾਰਤੀ ਨਿਜ਼ਾਮ ਨੂੰ ਇਹਦੇ ਬਸਤੀਵਾਦੀ ਦੌਰ 'ਚੋਂ ਮਿਲਿਆ ਹੋਇਆ, ਅਤੇ ਉਸੇ ਦੀ ਹੀ ਲਗਾਤਾਰਤਾ ਗਈ। ਅਤੇ ਜਦੋਂ ਅੱਜ ਅਸੀਂ ਪੰਜਾਬ ਦੀ ਬਸਤੀਵਾਦੀ ਲੁੱਟ ਦੀ ਗੱਲ ਕਰਦੇ ਹਾਂ ਕਿ ਤਮਾਮ ਅਲੱਗ ਅਲੱਗ ਵਰਗ ਨੇ ਇੱਥੇ ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਜੋ ਸੰਘਰਸ਼ ਕਰ ਰਹੇ ਨੇ, ਅਤੇ ਉਹ ਜਿਹੜੇ ਸੰਘਰਸ਼ ਪੰਜਾਬ 'ਚੋਂ ਨਿਕਲ ਰਹੇ ਨੇ ਧਰਨਿਆਂ ਦੇ ਰੂਪ 'ਚ, ਮੋਰਚਿਆਂ ਦੇ ਰੂਪ ਦੇ ਵਿੱਚ, ਜੇ ਆਪਾਂ ਉਹਦੇ ਬੈਕਗਰਾਊਂਡ 'ਚ ਜਾਈਏ ਤਾਂ ਉਹ ਇਸ ਬਸਤੀਵਾਦੀ ਜਿਹੜੀ ਲੁੱਟ ਹੈ, ਜਿਹੜੀ 47 ਤੋਂ ਬਾਅਦ ਇਹਨੂੰ ਆਜ਼ਾਦੀ ਦਾ ਨਾਂ ਦੇ ਕੇ ਪ੍ਰਚਾਰਿਆ ਗਿਆ ਕਿ ਲੁੱਟ ਹੁਣ ਖਤਮ ਹੋ ਗਈ, ਹੁਣ ਅਸੀਂ ਆਜ਼ਾਦ ਭਾਰਤ ਦੇ ਵਸਨੀਕ ਬਣ ਗਏ, ਸਾਰੇ ਬਰਾਬਰ ਹਾਂ, ਤਾਂ ਇਹ ਕਿਸਾਨਾਂ ਦੀ ਹੋਵੇ, ਮਜ਼ਦੂਰਾਂ ਦੀ ਹੋਵੇ, ਮੁਲਾਜ਼ਮਾਂ ਦੀ ਹੋਵੇ, ਅਤੇ ਧਾਰਮਿਕ ਤੌਰ ਦੇ ਉੱਤੇ ਇੱਥੇ ਵੱਸਦੀਆਂ ਘੱਟ ਗਿਣਤੀਆਂ ਦੀ ਹੋਵੇ, ਅਤੇ ਜਦੋਂ ਪੋਲੀਟੀਕਲ ਪਾਵਰ ਦੇ ਸ਼ੇਅਰਿੰਗ ਦਾ ਸਵਾਲ ਆਉਂਦਾ ਕਿ ਡੈਮੋਕ੍ਰੇਸੀ ਦਾ ਮਤਲਬ ਆ ਕਿ ਸਾਰੇ ਵਰਗਾਂ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਸ਼ੇਅਰ ਮਿਲੇ, ਤਾਂ ਉਹਦੇ 'ਚ ਜਿੰਨਾ ਲਗਾਤਾਰ ਕੇਂਦਰੀਕਰਨ 47 ਤੋਂ ਬਾਅਦ, 47 ਦੇ ਵਿੱਚ ਜਿਹੜੀ ਨਿਉਂ ਧਰੀ ਗਈ ਆ ਉਹਦੇ ਵਿੱਚ ਵੀ ਉਹ ਕੇਂਦਰੀਕਰਨ ਦੀਆਂ ਜੜ੍ਹਾਂ ਨੇ, ਅਤੇ ਉਹ ਕੇਂਦਰੀਕਰਨ ਲਗਾਤਾਰ ਜਿਹੜਾ ਵੱਧ ਰਿਹਾ ਗਾ। ਇੰਡੀਆ ਦੇ ਸੰਵਿਧਾਨ ਦੇ ਵਿੱਚ ਜਿਹੜੀ ਧਾਰਾ 19 ਹੈ ਉਹ ਵੀ ਇਹ ਗੱਲ ਕਹਿੰਦੀ ਹੈ ਕਿ ਫਰੀਡਮ ਆਫ ਐਕਸਪ੍ਰੈਸ਼ਨ, ਜਿਹੜਾ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ, ਉਹ ਸਾਰਿਆਂ ਦਾ ਹੈਗਾ, ਪਰ ਨਾਲ ਹੀ ਇੱਕ ਗੱਲ ਕਹੀ ਜਾਂਦੀ ਕਿ ਇਹਦੇ ਉੱਪਰ ਕੋਈ ਰੋਕਾਂ ਲਾਈਆਂ ਜਾ ਸਕਦੀਆਂ।
ਜਿਹਨਾਂ ਰੁੱਖਾਂ ਦਾ ਆਪਣੇ ਨਾਲ ਵਾਹ ਪੈਂਦਾ ਉਹਨਾਂ ਦੇ ਵਾਸਤੇ ਇੰਡੀਆ ਦੇ ਕਾਨੂੰਨ ਦੇ ਵਿੱਚ ਸਿਰਫ ਇੱਕ ਹੀ ਧਾਰਾ ਆ, ਆਈ ਟੀ ਐਕਟ 2000 ਦੀ ਧਾਰਾ 69A। ਸੋ ਉਹਦੇ ਤਹਿਤ ਕੋਈ ਵੀ ਜਾਣਕਾਰੀ ਜਿਹੜੀ ਇੰਟਰਨੈੱਟ ਦੇ ਉੱਪਰ ਹੈਗੀ ਆ ਉਹਨੂੰ ਸਰਕਾਰ ਦੇ ਵੱਲੋਂ ਰੋਕਿਆ ਜਾ ਸਕਦਾ। ਅਤੇ ਸਾਰੀ ਦੁਨੀਆ ਦੇ ਵਿੱਚ ਰੋਕਾਂ ਵਧੀਆਂ ਨੇ ਔਰ ਇੰਡੀਆ ਉਹਦੀ ਕੋਈ ਐਕਸੈਪਸ਼ਨ ਨਹੀਂ ਹੈਗਾ, ਇੰਡੀਆ ਦੇ ਵਿੱਚ ਵੀ ਹੋਈਆਂ। ਇੱਕ ਅੰਕੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਇਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ, ਸਾਲ 2018 ਦੇ ਵਿੱਚ 2799 ਸਾਈਟਾਂ ਰੋਕੀਆਂ ਗਈਆਂ, 2018 ਦੇ ਵਿੱਚ 3635, 2020 ਦੇ ਵਿੱਚ 9949, 2021 ਦੇ ਵਿੱਚ 6096 ਅਤੇ 2022 ਦੇ ਵਿੱਚ 6675। ਇਹਦਾ ਮੋਟਾ ਜਿਹਾ ਜੇ ਆਪਾਂ ਇਹਦੀ ਪੜਚੋਲ ਕਰੀਏ ਕਿ 2018 ਤੋਂ 2019 ਦੇ ਵਿੱਚ 30% ਵਾਧਾ ਹੁੰਦਾ, ਪਰ 2019 ਤੋਂ 2020 ਦੇ ਵਿੱਚ ਜਿਸ ਸਾਲ ਕਰੋਨਾ ਲੱਗਾ 171% ਵਾਧਾ ਹੁੰਦਾ। ਅੱਜ ਦੇ ਦਿਨਾਂ 'ਚ ਸਭ ਤੋਂ ਵੱਡੀ ਡੈਮੋਕਰੇਸੀ, ਵਰਲਡ ਦੀ ਤੀਸਰੇ ਨੰਬਰ ਦੀ ਇਕਨੋਮਿਕ ਪਾਵਰ, ਹੁਣ ਮਿਲਟਰੀ ਪਾਵਰ ਦੀਆਂ ਵੀ ਗੱਲਾਂ ਕਰ ਰਿਹਾ ਅਤੇ ਉਸ ਤੋਂ ਵੀ ਜ਼ਿਆਦਾ ਵਿਸ਼ਵ ਗੁਰੂ ਹੋਣ ਦੀ ਜਿਹੜੀਆਂ ਇੱਕ ਇਹਨਾਂ ਦਾ ਸੁਪਨਾ ਹੈ, ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ਅਤੇ ਜੋ ਤੁਸੀਂ ਸਾਰਿਆਂ ਨੇ ਵਿਚਾਰ ਕੀਤਾ ਉਹਦੇ ਵਿੱਚੋਂ ਜੋ ਇਹਨਾਂ ਦੀ ਅਸਲ ਪਿਕਚਰ ਨਿਕਲਦੀ ਉਹ ਤਾਂ ਇਹ ਹੈ ਕਿ ਇਹਨਾਂ ਦਾ ਜਿਹੜਾ ਰਾਜ ਆ ਉਹਦੇ ਜਿਹੜੇ ਅਸਲ ਕਰੈਕਟਰ ਆ ਜਾਂ ਖਸਲਤਾਂ ਕਹਿ ਲਓ ਕਿ ਇੱਕ ਤਾਂ ਜਿਵੇਂ ਸਭ ਤੋਂ ਪਹਿਲਾਂ ਆਪਣੇ ਨੌਜਵਾਨ ਨੇ ਕਿਹਾ ਸੀ ਕਿ ਬਸਤੀਵਾਦ ਵਾਲੀ ਇਹ ਹਿੰਦੂਤਵ ਵਾਲੀ ਬਸਤੀਵਾਦ ਵਾਲਾ ਹੈ ਉਹ ਇੰਪੀਰੀਅਲਿਜ਼ਮ ਹੈ ਅਤੇ ਲੋਕਾਂ ਨੂੰ ਬਿਲਕੁਲ ਹੀ ਧੱਕੇ ਨਾਲ ਰਿਪ੍ਰੈਸ਼ਰ ਨਾਲ ਰਾਜ ਕਰ ਰਿਹਾ ਹੈ। ਕਿ ਦੂਸਰਾ ਹੈਗਾ ਆ ਵਿਤਕਰੇ ਵਾਲਾ ਬ੍ਰਾਹਮਣਿਜ਼ਮ, ਜਿਹੜਾ ਕਾਸਟ ਸਿਸਟਮ ਦਰਜੇਬੰਦੀ ਵਾਲਾ, ਉਹ ਇਹਦੇ ਸੰਵਿਧਾਨ ਦੇ ਵਿੱਚ ਵੀ ਥਰੂ ਰੈਜ਼ਰਵੇਸ਼ਨਸ ਹੈਗਾ ਹੈ। ਵੀ ਸਾਰੇ ਸੰਸਾਰ ਦੇ ਵਿੱਚ 40-50 ਕੁ ਖਿੱਤੇ ਇਹੋ ਜਿਹੇ ਲੱਭੇ ਆ ਜਿਹੜੇ ਆਉਣ ਵਾਲੀ ਨਸਲ ਜਾਂ ਸਮੇਂ ਲਈ ਭਵਿੱਖ ਵਿੱਚ ਕਿਸੇ ਗਿਣਤੀ 'ਚ ਹੋਣਗੇ, ਜਿਨ੍ਹਾਂ ਦੀ ਬੜੀ ਅਹਿਮੀਅਤ ਆ, ਉਹਨਾਂ 'ਚ ਪੰਜਾਬ ਵੀ ਆ। ਤੋ ਪੰਜਾਬ ਨੂੰ ਮੁੱਖ ਰੱਖ ਕੇ ਜੋ ਕੁਝ ਕੀਤਾ ਜਾ ਰਿਹਾ, ਜਿਵੇਂ ਆ ਨਵੇਂ ਨਵੀਆਂ ਸੜਕਾਂ, ਇਹ ਕਿਵੇਂ ਚੇਤਾ ਆ ਗਿਆ ਵੀ ਇੱਥੇ ਡਿਵੈਲਪਮੈਂਟ, ਹੁਣ ਕਹਿੰਦੇ ਜੀ ਡਿਵੈਲਪਮੈਂਟ ਪ੍ਰੋਗਰੈਸ ਲਿਆਉਣੀ ਹੈ ਅਤੇ ਪ੍ਰੋਗਰੈਸ ਲਈ ਕਹਿੰਦੇ ਜੀ ਪੀਸ ਚਾਹੀਦੀ ਹੈ। ਉਹ ਪੀਸ ਕਿਵੇਂ ਆਊਗੀ? ਇੱਥੋਂ ਦੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਇੱਕ ਬੰਦੇ ਦੇ ਸਿਰ 'ਤੇ 100-100, 200-200 ਖਾਕੀ ਵਰਦੀ ਵਾਲਾ, ਗੰਨ ਵਾਲਾ, ਅਸਲੇ ਵਾਲਾ ਬੰਦਾ ਖੜ੍ਹਾ ਕਰ ਦਿਆਂਗੇ ਅਤੇ ਸ਼ਾਂਤੀ ਹੋ ਜੂਗੀ। ਜ਼ਮੀਨ ਖੋਹੀ ਜਾ ਰਹੀ ਹੈ, ਤੁਹਾਡਾ ਪਾਣੀ, ਅੱਜ ਤੁਹਾਨੂੰ ਹਰ ਹੀਲੇ ਇਹ ਦਰਸਾਇਆ ਜਾ ਰਿਹਾ ਕਿ ਇੱਥੇ ਪਾਣੀ ਹੋ ਹੀ ਨਹੀਂ ਸਕਦਾ ਜੀ, ਇਹ ਤਾਂ ਦੇਣਾ ਪੈਣਾ ਜੀ ਹਰਿਆਣੇ ਅਤੇ ਰਾਜਸਥਾਨ ਨੂੰ। 1947 ਤੋਂ ਬਾਅਦ ਲਗਾਤਾਰ ਸਰਕਾਰਾਂ ਬਦਲੀਆਂ, ਨੀਲੀ ਕਾਲੀ ਚਿੱਟੀ ਪੱਗੀ ਜਿਹੜੀ ਮਰਜ਼ੀ ਪੱਗ ਆਈ ਆ, ਮੈਂ ਇੱਥੇ ਡਾਕੂਮੈਂਟ ਐਡਾ ਲਿਖੀ ਫਿਰਦਾ, ਆਪਣੇ ਕੋਲ ਟਾਈਮ ਨਹੀਂ ਉੱਧਰ ਨੂੰ ਜਾਣ ਦਾ। ਪੰਜਾਬ ਦੇ ਪਾਣੀ ਸਾਡੇ ਕਿਸਾਨੀ ਦੇ, ਸਾਡੇ ਆਪਦੇ ਘਰਾਂ ਦੇ ਵਿੱਚੋਂ ਆਪਦੇ ਸਾਡੇ ਬੰਦੇ ਆ ਜਿਹੜੇ ਸਰਕਾਰ ਬਣਦੇ ਆ, ਮੁੱਖ ਮੰਤਰੀ ਬਣਦੇ, ਚਾਹੇ ਉਹ ਬਰਨਾਲਾ ਸਾਹਿਬ ਆ, ਚਾਹੇ ਉਹ ਬਾਦਲ ਸਾਹਿਬ ਆ, ਚਾਹੇ ਅੱਜ ਕੱਲ੍ਹ ਭਗਵੰਤ ਮਾਨ ਸਾਹਿਬ ਨੇ, ਉਹ ਸਾਡੇ ਪੰਜਾਬ ਦੇ ਬੰਦੇ ਨੇ, ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਲਈ ਸਾਰੇ ਇੱਕ ਨੇ। ਕਿਉਂਕਿ 99% ਜਿਹੜੇ ਲਾਵਾਰਸ ਅਤੇ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਿਵਿਆਂ ਦੇ ਵਿੱਚ ਜਲਾ ਦਿੱਤੇ ਗਏ, ਉਹ ਸਾਰੇ ਦੇ ਸਾਰੇ ਜਿਹੜੇ ਕੇਸ ਸੀ ਉਹਨਾਂ ਵਿੱਚੋਂ 99% ਆਇਡੈਂਟੀਫਾਈ ਸੀ, ਕਿਉਂਕਿ ਸਿਵਿਆਂ ਦਾ ਰਿਕਾਰਡ ਜਦੋਂ ਲਿਆ
ਅਤੇ ਉਹਦੇ ਵਿੱਚ ਵੀ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਦੀ ਸ਼ਨਾਖਤ ਸੀ, ਕਿਹੜਾ ਪੁਲਿਸ ਵਾਲਾ ਲੈ ਕੇ ਗਿਆ ਅਤੇ ਉਹ ਹੈ ਕੌਣ ਸੀ। ਪੁਲਿਸ ਨੂੰ ਹਰ ਇੱਕ ਦਾ ਪਤਾ ਸੀ ਕਿ ਕਿਹਨੂੰ ਅਸੀਂ ਅਰੈਸਟ ਕੀਤਾ, ਕਿਉਂਕਿ ਜਦੋਂ ਉਹਨੂੰ ਅਰੈਸਟ ਕੀਤਾ ਇਲੀਗਲ ਕਸਟੱਡੀ 'ਚ ਲਿਆ, ਮਹੀਨਿਆਂ ਬੱਧੀ ਉਹਨੂੰ ਟਾਰਚਰ ਕੀਤਾ, ਟਾਰਚਰ ਕਰਨ ਤੋਂ ਬਾਅਦ ਪੋਸਟਮਾਰਟਮ ਜਿਹੜਾ ਬੋਲਦਾ ਵਾ ਕਿ ਇਹਦੇ ਨਾਲ ਇਹ ਲਾਸ਼ ਦੇ ਨਾਲ ਕੀ ਹੋਇਆ, ਉਹਨੂੰ ਲੁਕਾਉਣ ਵਾਸਤੇ ਜਾਂ ਤਾਂ ਉਹਦੀ ਲਾਸ਼ ਜਿਹੜੀ ਆ ਪੋਸਟਮਾਰਟਮ ਕਰਾਇਆ ਹੀ ਨਹੀਂ ਗਿਆ, ਜਿਹੜੀਆਂ ਦਰਿਆਵਾਂ 'ਚ ਰੋੜੀਆਂ ਗਈਆਂ ਬਹੁਤ ਸਾਰੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ, ਉਹਦਾ ਇਹ ਕਾਰਨ ਸੀ। ਹੁਣ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਨ੍ਹਾਂ ਨੇ ਲਾਸ਼ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਅਸੀਂ ਇਸ ਕਰਕੇ ਸੰਸਕਾਰ ਕਰ ਦਿੱਤਾ ਕਿ ਲਾਸ਼ ਮੰਗਣ ਹੀ ਕੋਈ ਨਹੀਂ ਆਇਆ, ਪਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਵੇਖਿਆ ਉਹਦੇ ਵਿੱਚੋਂ ਤਕਰੀਬਨ 40-45% ਲੋਕਾਂ ਨੇ ਆਪਣੇ ਸ਼ਹੀਦ ਕੀਤੇ ਨੌਜਵਾਨ ਦੀ ਲਾਸ਼ ਲੈਣ ਲਈ ਯਤਨ ਕੀਤਾ ਸੀ, ਉਹਨਾਂ ਨੂੰ ਕੁੱਟ ਕੇ ਮਾਰ ਕੇ ਜਲੀਲ ਕਰਕੇ ਭਜਾ ਦਿੱਤਾ ਗਿਆ। ਕੀ ਇਹ ਦੇਸ਼ ਜਿਹੜਾ ਆਪਣੇ ਆਪ ਨੂੰ ਡੈਮੋਕਰੇਟਿਕ ਕਹਿੰਦਾ ਵਾ, ਆਪਣੇ ਆਪ ਨੂੰ ਧਰਮ ਨਿਰਪੱਖ ਕਹਿੰਦਾ ਵਾ, ਇਹ G20 ਦੇ ਸੰਮੇਲਨ ਦੇ ਵਿੱਚ ਇਹ ਕੀ ਦੱਸਣਾ ਚਾਹੁੰਦਾ ਵਾ? ਅਤੇ G20 ਸੰਮੇਲਨ ਦੇ ਵਿੱਚ ਜਿਹੜੇ ਦੂਜੇ 19 ਦੇਸ਼ ਸ਼ਾਮਿਲ ਹੋਏ ਮੇਜ਼ਬਾਨ ਆ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਵਾ ਕਿ ਇੱਥੇ ਕੀ ਕੁਝ ਹੋਇਆ। G20 ਸਮਿਟ ਰਾਹੀਂ ਆਪਣਾ ਜਿਹੜਾ ਉਹਦਾ ਪ੍ਰੋਗਰੈਸ ਜਿੱਦਾਂ ਉਹਨੇ ਕੀਤੀ ਆ ਪਿਛਲੇ ਸਮਿਆਂ ਦੇ ਵਿੱਚ, ਉਹ ਜਿਹੜੇ ਬਾਕੀ ਦੇ 19 ਕੰਟਰੀ ਨੇ ਉਹਨਾਂ ਨੂੰ ਦਿਖਾਏਗਾ ਇੱਕ ਸਾਲ ਦੇ ਵਿੱਚ, ਕਿਉਂਕਿ ਇੱਕ ਸਾਲ ਦੀ ਜਿਹੜੀ ਪ੍ਰਧਾਨਗੀ ਹੈ G20 ਦੀ ਉਹ ਇੰਡੀਆ ਦੇ ਕੋਲ ਹੈ, ਤਾਂ ਕਿ ਇਹ ਵੱਧ ਤੋਂ ਵੱਧ ਹਿੰਦੁਸਤਾਨ ਦੇ ਵਿੱਚ ਇਨਵੈਸਟਮੈਂਟ ਕਰਾ ਸਕਣ ਬਾਹਰਲੇ ਦੇਸ਼ਾਂ ਤੋਂ। ਬਾਕੀ ਅਸੀਂ ਜੋ ਇਹ ਉਪਰਾਲਾ ਕੀਤਾ ਹੈ, ਅਸੀਂ ਜੋ ਹਿੰਦੁਸਤਾਨ ਦਾ ਅਸਲੀ ਰੂਪ ਹੈ ਉਹ ਅਸੀਂ ਦਰਸਾਉਣਾ ਹੈ। ਜਿੱਦਾਂ ਅੱਜ ਸਾਰਿਆਂ ਬੁਲਾਰਿਆਂ ਨੇ ਆਪਣੇ ਆਪਣੇ ਤੌਰ 'ਤੇ ਵੱਖਰੇ ਵੱਖਰੇ ਇਸ਼ੂਜ਼ ਦੇ ਉੱਤੇ ਗੱਲ ਕੀਤੀ ਹੈ, ਤੁਸੀਂ ਸਾਰਿਆਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਆ। ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ, ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਅਸੀਂ ਇਹਨੂੰ ਇਸ ਤੁਹਾਡੇ ਸਾਰੇ ਵਿਚਾਰਾਂ ਨੂੰ ਇੱਕ ਸਮੁੰਦਰ 'ਚੋਂ ਕੁੱਜੇ ਦੀ ਤਰ੍ਹਾਂ ਮਤਲਬ ਕੱਢ ਕੇ ਇਹਨਾਂ ਦੇਸ਼ਾਂ ਨੂੰ ਜਿਹੜੇ 19 ਦੇਸ਼ ਨੇ ਉਹਨਾਂ ਨੂੰ ਭੇਜਾਂਗੇ, ਅਤੇ ਤਾਂ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਵੀ ਆਹ ਜੋ ਅਸੀਂ ਆਪਣੀ ਉਹ ਸਮਿਟ ਆ ਜਿਹੜੀ ਉਹਦਾ ਕੱਢਿਆ ਨਿਚੋੜ ਪਿਆ ਅਸੀਂ ਭੇਜਿਆ ਇਸ ਗੱਲ ਦੇ ਲਈ। ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਣ ਬੁੱਝ ਕੇ ਭੰਬਲ ਭੂਸਾ ਪੈਦਾ ਕੀਤਾ ਗਿਆ ਹੈ, ਉੱਥੇ ਹੀ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ 78 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੂਰੇ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਪੰਜਾਬ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਲਈ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ ਵਿੱਚ ਰਾਜਸੀ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕੇਂਦਰੀ ਬਲਾਂ ਦੀ ਸ਼ਮੂਲੀਅਤ ਨਾਲ ਕੌਮੀ ਜਾਂਚ ਏਜੰਸੀ NIA ਨੂੰ ਸ਼ਾਮਲ ਕਰਨ ਲਈ ਉਪਜਾਊ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਪੰਜਾਬੀ ਕੌਮੀਅਤ ਦੇ ਸਿਆਸੀ ਸਵਾਲਾਂ ਅਤੇ ਸਿੱਖ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਭਾਰਤੀ ਰਾਜ ਇਸ ਨੂੰ ਸਿਰਫ ਅਮਨ ਕਾਨੂੰਨ ਦੀ ਸਮੱਸਿਆ ਤੱਕ ਹੀ ਸੀਮਿਤ ਕਰ ਰਿਹਾ ਹੈ। ਅੱਜ ਦਾ ਇਹ ਸਦਨ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਭਾਵੇਂ ਸਿਆਸੀ ਮਤਭੇਦ ਹੋਣ, ਸਾਨੂੰ ਮਨਮਾਨੀਆਂ ਗ੍ਰਿਫਤਾਰੀਆਂ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਰਾਜ ਦੀਆਂ ਫੌਜਾਂ ਦੁਆਰਾ ਡਰ ਅਤੇ ਦਹਿਸ਼ਤ ਦੇ ਮਾਹੌਲ ਨੂੰ ਤੋੜਨ ਲਈ ਅੱਗੇ ਆਉਣਾ ਚਾਹੀਦਾ ਹੈ।